ਜੀ ਦਾਨਿਸ਼ ਐਗਰੀਕਲਚਰ 'ਚ ਖੁਸ਼ ਆਮਦੀਦ। ਕਪਾਹ, ਤਿਲ, ਰਵੀ ਕਪਾਹ, ਇੱਧਰ ਕਮਕ, ਕਣਕ। ਮੈਂ ਕਹਿੰਦਾ ਜੀ ਅੱਜ ਫਿਰ ਰੌਣਕਾਂ ਲੱਗ ਗਈਆਂ ਅਤੇ ਜਨਾਜ਼ ਦੀ ਕੀਮਤ ਵਿੱਚ ਇੱਕ ਦਫ਼ਾ ਫਿਰ ਇਜ਼ਾਫਾ ਦੇਖਿਆ ਜਾ ਰਿਹਾ। ਮਾਸ਼ਾਅੱਲਾ ਤੋਪਾ ਤਾਂ ਚੰਗੀ ਲੱਗੀ ਆ। ਸਭ ਤੋਂ ਪਹਿਲੇ ਨਵੇਂ ਤਿਲ ਅਤੇ ਤਿਲੀ ਦੇ ਵਿੱਚ ਅੱਜ ਜ਼ਬਰਦਸਤ ਤੇਜ਼ੀ ਦੇਖੀ ਜਾ ਰਹੀ ਹੈ। 15,000 ਰੁਪਏ ਤੱਕ ਰੇਟ ਚਲਾ ਗਿਆ ਅੱਜ, ਠੀਕ ਹੋ ਗਿਆ ਜੀ। ਨਵੇਂ ਤਿਲ ਅਤੇ ਤਿਲੀ ਦਾ ਬਿਲਕੁਲ ਸਾਫ਼ ਸੁਥਰੇ ਸਫੈਦ ਕਲਰ ਦੇ ਜਿਹੜੇ ਆ। ਇਸ ਤੋਂ ਬਾਅਦ ਗੰਦਮ ਦੀ ਅਗਰ ਗੱਲ ਕੀਤੀ ਜਾਵੇ ਤਾਂ ਗੰਦਮ ਦਾ ਜਿਹੜਾ ਰੇਟ ਆ ਤਕਰੀਬਨ 2680 ਰੁਪਏ ਤੱਕ ਟੋਪ ਰੇਟ ਆ। ਬਿਲਕੁਲ ਸਾਫ਼ ਸੁਥਰੀ ਚੰਗੀ ਕਣਕ ਆ ਜਿਹੜੀ। ਕਪਾਹ 81-82 ਰੁਪਏ ਤੱਕ ਚੰਗੀ ਕਪਾਹ ਜਿਹੜੀ ਆ ਫਰੋਖਤ ਹੁੰਦੀ ਪਈ ਆ। ਅਗਰ ਮੂੰਗੀ ਦੀ ਗੱਲ ਕੀਤੀ ਜਾਵੇ ਤਾਂ ਮੂੰਗੀ ਤਕਰੀਬਨ 7,000 ਤੋਂ ਸ਼ੁਰੂ ਹੋ ਕੇ 9,200 ਰੁਪਏ ਤੱਕ ਰੇਟ ਆ। ਇਸੇ ਤਰ੍ਹਾਂ ਬਾਜਰੇ ਦੀ ਅਗਰ ਗੱਲ ਕੀਤੀ ਜਾਵੇ ਤਾਂ ਬਾਜਰਾ ਜਿਹੜਾ ਵਾ ਉਹ ਤਕਰੀਬਨ 2700 ਤੋਂ ਸ਼ੁਰੂ ਹੋ ਕੇ 2900 ਰੁਪਏ ਤੱਕ ਵਿਕਦਾ ਪਿਆ ਵਾ। ਮੱਕੀ ਜਿਹੜੀ ਆ ਉਹ ਤਕਰੀਬਨ 2100 ਰੁਪਏ ਤੱਕ, 2120-30 ਰੁਪਏ ਵੀ ਵਿਕਦੀ ਪਈ ਹੈ ਜਿਹੜੀ ਚੰਗੀ ਮੱਕੀ ਹੈ। ਬਾਕੀ ਵੰਡਾ ਕੁਆਲਿਟੀ 1700 ਤੋਂ ਲੱਗ ਕੇ 1800 ਰੁਪਏ ਤੱਕ ਵਿਕਦੀ ਪਈ ਹੈ। ਇਹ ਜੀ ਮੰਡੀ ਦੀ ਤਾਜ਼ਾ ਤਰੀਨ ਸੂਰਤ ਹਾਲ ਤੁਹਾਨੂੰ ਦੱਸ ਰਹੇ ਹਾਂ। ਤੁਹਾਡੇ ਇਲਾਕੇ 'ਚ ਕੀ ਰੇਟ ਆ ਸਾਨੂੰ ਕਮੈਂਟਸ 'ਚ ਜ਼ਰੂਰ ਦੱਸਿਓ। ਇਨਸ਼ਾਅੱਲਾ ਇੱਕ ਨਵੀਂ ਵੀਡੀਓ ਦੇ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਅੱਲਾ ਹਾਫਿਜ਼।